ਹਾਲ ਹੀ ਦੇ ਸਮੇਂ ਵਿੱਚ ਭਾਰਤ ਅਤੇ ਸਾਊਦੀ ਅਰਬ ਦੇ ਸੰਬੰਧ ਬਹੁਤ ਮਜ਼ਬੂਤ ਹੋਏ ਹਨ। ਵਰਤਮਾਨ ਵਿੱਚ ਖਾੜੀ ਦੇ ਸੰਯੁਕਤ ਅਰਬ ਅਮੀਰਾਤ ਵਾਂਗ ਤੇਲ 'ਤੇ ਆਪਣੀ ਨਿਰਭਰਤਾ ਘਟਾ ਕੇ ਹੋਰ ਖੇਤਰਾਂ ਵਿੱਚ ਆਮਦਨ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਆਪਣੀ ਧਰਤੀ 'ਤੇ ਸੈਰ ਸਪਾਟਾ ਅਤੇ ਤਕਨਾਲੋਜੀ ਵਰਗੇ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਸਾਊਦੀ ਅਰਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਭਾਰਤ ਦੇ ਨਾਗਰਿਕ ਸੈਰ ਸਪਾਟੇ ਦੇ ਨਜ਼ਰੀਏ ਤੋਂ ਇਸ ਲਈ ਕਿੰਨੇ ਮਹੱਤਵਪੂਰਨ ਨੇ। ਇਸ ਕਾਰਨ ਸਾਊਦੀ ਅਰਬ ਭਾਰਤੀ ਨਾਗਰਿਕਾਂ ਨੂੰ 96 ਘੰਟੇ ਦਾ ਮੁਫਤ ਵੀਜ਼ਾ ਦੇ ਰਿਹਾ ਹੈ। ਇਸ ਪੇਸ਼ਕਸ਼ ਨੂੰ ਦੋਵਾਂ ਦੇਸ਼ਾਂ ਵਿਚਾਲੇ ਯਾਤਰਾ ਦੇ ਮੌਕੇ ਵਧਾਉਣ ਲਈ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਪੇਸ਼ਕਸ਼ ਦੀ ਘੋਸ਼ਣਾ ਹਾਲ ਹੀ ਵਿੱਚ ਸਾਊਦੀ ਟੂਰਿਜ਼ਮ ਅਥਾਰਟੀ ਦੇ ਏਸ਼ੀਆ ਪੈਸੀਫਿਕ ਚੇਅਰਮੈਨ ਅਲ ਹਸਨ ਅਲਦਾਬਾਗ ਦੁਆਰਾ ਇੱਕ ਚਰਚਾ ਦੌਰਾਨ ਕੀਤੀ ਗਈ ਸੀ। ਅਲਦਾਬਾਗ ਦਾ ਇਹ ਕਦਮ ਸਾਊਦੀ ਅਰਬ ਦੇ ਵੱਧਦੇ ਸੈਰ ਸਪਾਟੇ ਖੇਤਰ ਵਿੱਚ ਭਾਰਤ ਦੀ ਅਹਿਮ ਭੂਮਿਕਾ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਯਾਤਰੀਆਂ ਲਈ ਵਰਤਮਾਨ ਵਿੱਚ 10 VFS ਦਫ਼ਤਰ ਉਪਲਬਧ ਨੇ। ਆਉਣ ਵਾਲੇ ਸਾਲ ਵਿੱਚ ਇਸ ਦੇ ਵਿਸਥਾਰ ਦੀ ਯੋਜਨਾ ਬਣਾਈ ਗਈ ਹੈ। ਇਸ ਪਹਿਲਕਦਮੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਸਟਾਪ ਓਵਰ ਪ੍ਰੋਗਰਾਮ ਦੀ ਸ਼ੁਰੂਆਤ ਹੈ। ਇਸ ਪ੍ਰੋਗਰਾਮ ਦੇ ਤਹਿਤ ਸਾਊਦੀ ਏਅਰਲਾਈਨਸ ਜਾਂ ਪ੍ਰਾਈਵੇਟ ਸਾਊਦੀ ਘੱਟ ਲਾਗਤ ਵਾਲੀਆਂ ਏਅਰਲਾਈਨਾਂ ਫਲਾਈਟਸ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਮੁਫਤ 96 ਘੰਟੇ ਦਾ ਵੀਜ਼ਾ ਪ੍ਰਦਾਨ ਕਰ ਰਹੀਆਂ ਨੇ। ਇੰਨਾ ਹੀ ਨਹੀਂ, UK, USA, ਸ਼ੈਂਗਨ ਵੀਜ਼ਾ ਰੱਖਣ ਵਾਲੇ ਯਾਤਰੀ ਈ ਵੀਜ਼ਾ ਜਾਂ ਵੀਜ਼ਾ ਔਨ ਅਰਾਈਵਲ ਲਈ ਯੋਗ ਹਨ।